ਘੋੜਿਆਂ ਦੀ ਦੁਨੀਆ ਦੇ 8ਵੇਂ ਅਜੂਬੇ ਦੇ ਦਰਸ਼ਨ ਕਰਾਉਣ ਲੱਗਿਆ ਤੁਹਾਨੂੰ ਇਹ 8ਵਾਂ ਅਜੂਬਾ ਵੀ ਉਸੇ ਘਰੇ ਆ ਜਿਹੜੇ ਘਰੇ ਸੂਰੇ ਵਾਲੀ ਲਾਈਨ ਸ਼ੁਰੂ ਹੋਈ ਪਿੰਡ ਸੂਰੇ ਵਾਲੇ ਦੇ ਵਿੱਚ ਤੇ ਜ਼ਿਲ੍ਹਾ ਹਨੂਮਾਨਗੜ੍ਹ ਇਹ ਘੋੜੇ ਦਾ ਨਾਂ ਏ ਮਹਾਰਾਜਾ ਇਹ ਨੀਲਾ ਘੋੜਾ ਹੈ ਇਹ ਮਹਾਰਾਜਾ ਅਜੂਬਾ ਕਿਉਂ ਆ ਘੋੜਿਆਂ ਦੀ ਦੁਨੀਆ ਦੇ ਵਿੱਚ ਇਹ ਬਾਦਲਾਂ ਵਾਲੇ ਘੋੜੇ ਦੇ ਨਾਂ ਨਾਲ ਜਾਣਿਆ ਜਾਂਦਾ ਪਹਿਲਾਂ ਇਹ ਸੁਖਵੀਰ ਸਿੰਘ ਬਾਦਲ ਹੋਣਾ ਦੇ ਸਟੱਡ ਫਾਰਮ ਤੇ ਸੀ ਇਹ ਘੋੜਾ ਪਰ ਇਹ ਘੋੜੇ ਨੇ ਜੋ ਰਿਜ਼ਲਟ ਪੈਦਾ ਕੀਤੇ ਆ ਉਹ ਅਜੂਬੇ ਪੈਦਾ ਕੀਤੇ ਆ ਇਸ ਘੋੜੇ ਨੇ ਚੰਬੀਆਂ ਘੋੜੀਆਂ ਦੇ ਉੱਪਰ ਨੁਕਰੇ ਘੋੜੇ ਪੈਦਾ ਕੀਤੇ ਆ ਜਿਹੜੇ ਵੱਡੇ ਵੱਡੇ ਸਟੈਲੀਅਨ ਬਣੇ ਇਸ ਇਸ ਘੋੜੇ ਨੇ ਮੌਹਾ ਬੱਚੇ ਪੈਦਾ ਕੀਤੇ ਇਸ ਘੋੜੇ ਨੇ ਮਾਰਵਾੜੀ ਬੱਚੇ ਪੈਦਾ ਕੀਤੇ ਜੋ ਵੀ ਪੈਦਾ ਕੀਤਾ ਕਮਾਲ ਪੈਦਾ ਕੀਤਾ ਇਥੋਂ ਤੱਕ ਵੀ ਰਿਕਾਰਡ ਹੈ ਕਿ ਇੱਕੋ ਘੋੜੀ ਤੋਂ ਪਹਿਲੇ ਸੂਏ ਨੁਕਰਾ ਬੱਚਾ ਅਗਲੇ ਸੂਏ ਮਾਰਵਾੜੀ ਬੱਚਾ ਉਸੇ ਹੀ ਘੋੜੀ ਤੋਂ ਉਸੇ ਘੋੜੇ ਤੋਂ ਇਸ ਘੋੜੇ ਦਾ ਕੰਮ ਆ ਤੇ ਹੋਰ ਦੱਸਾਂ ਤੁਹਾਨੂੰ ਕਿ ਇਹਦਾ ਪੈਦਾ ਕੀਤਾ ਨੁਕਰਾ ਉਹਨੇ ਵੀ ਸ਼ੋਅ ਜਿੱਤਿਆ ਇਹਦਾ ਪੈਦਾ ਕੀਤਾ ਮਾਰਵਾੜੀ ਉਹਨੇ ਵੀ ਸ਼ੋਅ ਜਿੱਤਿਆ ਇਹੋ ਜਿਹਾ ਘੋੜਾ ਇਹ ਖੁਦ ਵੀ ਘੋੜਾ ਸੈਕੰਡ winner ਸੀ ਪੂਰੇ ਇੰਡੀਆ ਦੇ ਵਿੱਚੋਂ ਆਪਣੇ ਸਮੇਂ ਦੇ ਵਿੱਚ ਇਹ ਸੈਕੰਡ winner ਬਣਿਆ ਸੀਗਾ ਪੂਰੇ ਇੰਡੀਆ ਦਾ ਆਲ ਇੰਡੀਆ ਚੈਂਪੀਅਨਸ਼ਿਪ ਦੇ ਵਿੱਚੋਂ ਮਾਰਵਾੜੀ ਦੇ ਵਿੱਚੋਂ ਇਹ ਘੋੜਾ ਸੈਕੰਡ winner ਬਣਿਆ ਸੀਗਾ ਆਪਣੇ ਜਮਾਨੇ ਦੇ ਵਿੱਚ ਆਪਣੇ ਟਾਈਮ ਦੇ ਵਿੱਚ ਜਿਹੜਾ ਸਰਸੇ ਡੇਰੇ ਦੇ ਵਿੱਚ ਘੋੜਾ ਖੜਾ ਨਾ ਰੋমিও ਮਾਰਵਾੜੀ ਉਹ ਵੀ ਇਸੇ ਘੋੜੇ ਦਾ ਹੀ ਬੱਚਾ ਇਹ ਮਹਾਰਾਜਾ ਘੋੜਾ ਬਾਦਲਾਂ ਵਾਲਾ ਮਹਾਰਾਜਾ ਘੋੜਾ ਬੜਿਆਂ ਨੇ ਇਹਦਾ ਨਾਂ ਸੁਣਿਆ ਬੜਿਆਂ ਨੇ ਇਹਦੇ ਬੱਚੇ ਦੇਖੇ ਆ ਪਰ ਇਹ ਘੋੜਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਹ ਘੋੜਾ ਕਿੱਥੇ ਖੜਾ ਹੈ ਇਹ ਸੱਜਣੋ ਘੋੜਾ ਖੜਾ ਸੂਰੇ ਵਾਲੇ ਪਿੰਡ ਦੇ ਵਿੱਚ ਸਰਦਾਰ ਸੰਤੋਖ ਸਿੰਘ ਹੁਣਾਂ ਦੇ ਘਰੇ ਖੜਾ ਹੈ ਬਾਈ ਹਰਦੇਵ ਸਿੰਘ ਹੁਣਾਂ ਦੇ ਘਰੇ ਖੜਾ ਬਾਈ ਅਮਰਜੀਤ ਸਿੰਘ ਹੁਣਾਂ ਦੇ ਘਰੇ ਖੜਾ ਇਹ ਘੋੜਾ ਜੇ ਕਿਸੇ ਵੀ ਸੱਜਣ ਨੂੰ ਇਹ ਤੋਂ ਮੀਟਿੰਗ ਲਈ ਸਰਵਸ ਚਾਹੀਦੀ ਆ ਤਾਂ ਤੁਸੀਂ ਲੈ ਸਕਦੇ ਆ ਇਸ ਘੋੜੇ ਦੇ ਜਿਹੜੇ ਰਿਜ਼ਲਟ ਆ ਉਹ ਚੰਬੀਆਂ ਘੋੜੀਆਂ ਤੇ ਨੁਕਰੇ ਬੱਚੇ ਆਉਣ ਵਾਲੇ ਰਿਜ਼ਲਟ ਆ ਜਿਹੜੇ ਉਹ ਉਨੇ ਹੀ ਰਹੇ ਆ ਉਨੇ ਪਰਸੈਂਟ ਹੀ ਰਹੇ ਆ ਜਿੰਨੇ ਇੱਕ ਨੁਕਰੇ ਘੋੜੇ ਦੇ ਰਿਜ਼ਲਟ ਹੁੰਦੇ ਆ ਉਨੇ ਪਰਸੈਂਟ ਹੀ ਰਹੇ ਆ ਜਿਹੜਾ ਨੁਕਰਾ ਪੈਦਾ ਕਰਤਾ ਉਹ ਕਮਾਲ ਕਰਤਾ ਘੋੜੇ ਬਣੇ ਆ ਸਟੈਲੀਅਨ ਬਣੇ ਆ ਤੇ ਇੱਕ ਤੁਹਾਨੂੰ ਮੈਂ ਕਮਾਲ ਦੀ ਗੱਲ ਇਸ ਘੋੜੇ ਦੀ ਹੋਰ ਦੱਸਦਾ ਉਹ ਇਹ ਆ ਸੱਜਣੋ ਕਿ ਜਿਹੜੇ ਮਤਲਬ ਨੌਕਰੇ ਸਾਨ ਇੰਨੇ ਜਿੰਨੇ ਇਹਨੇ ਪੈਦਾ ਕੀਤੇ ਆ ਇੰਨੇ ਕੋਈ ਨੁਕਰਾ ਬਿਰਲੇ ਨਹੀਂ ਪੈਦਾ ਕਰਦਾ ਬਿਰਲੇ ਨੁਕਰੇ ਆ ਜਿਹੜੇ ਇੰਨੇ ਨੁਕਰੇ ਸਾਨ ਪੈਦਾ ਕਰ ਦੇਣ ਜਿੰਨੇ ਇਹਦੇ ਵੱਡੇ ਹੋ ਕੇ ਬਸ਼ੇਰੇ ਆ ਜਿਹੜੇ ਉਸਾਨ ਬਣ ਗਏ ਇਹ ਸਭ ਤੋਂ ਵੱਡੀ ਗੱਲ ਆ ਤੇ ਇਹ ਘੋੜੇ ਦਾ ਜਿਹੜੀ ਹਾਈਟ ਹੈ ਉਹ ਹੈਗੀ ਹੈ 64 ਪਲੱਸ 64 ਪਲੱਸ ਦਾ ਮਤਲਬ 64 ਪਲੱਸ ਹੀ ਹੋਊਗੀ ਬਾਈ ਹੁਣਾਂ ਨੇ ਮੈਨੂੰ ਸਪੈਸ਼ਲ ਆਖਿਆ ਕਿ ਸਗਜੰਦਰ ਲੋਕਾਂ ਨੇ ਬਹੁਤ ਦੂਰੋਂ ਆਉਣਾ ਹੁੰਦਾ ਕਦੇ ਇਹ ਨਾ ਹੋਵੇ ਬਈ ਜਿਹੜੀ ਹਾਈਟ ਹੈ ਉਹਦਾ ਉੱਚੀ ਨੀਚ ਹੋਵੇ ਤੇ ਫਿਰ ਸਵਾਦ ਨਾ ਆਵੇ ਆਉਣ ਵਾਲੇ ਨੂੰ ਤੇ ਸਾਨੂੰ ਵੀ ਇਸ ਘੋੜੇ ਦੀ ਮਹਾਰਾਜੇ ਦੀ ਫੀਸ ਹੈਗੀ ਹੈ ਜੀ 15000 ਰੁਪਿਆ ਮਾਲਕਾਂ ਨੇ 15000 ਰੁਪਇਆ ਫੀਸ ਆਖੀ ਆ ਤੇ ਇੱਕ ਤੁਹਾਨੂੰ ਮੈਂ ਹੋਰ ਘੋੜਾ ਦਿਖਾਉਣਾ ਆ ਅਗਲੇ ਸੀਨ ਦੇ ਵਿੱਚ ਹੀ ਘੋੜਾ ਬਦਲੂਗਾ ਆ ਘੋੜਾ ਜੀ ਇਹ ਮੈਂਟੂ ਰੋਡਿਆਂ ਵਾਲੇ ਵਾਲੇ ਘੋੜੇ ਦਾ ਬੱਚਾ ਹੈ ਬਾਈ ਹੁਣਾਂ ਦੇ ਘਰੇ ਆ ਇਹ ਪਹਿਲਾਂ ਥੋੜਾ ਜਿਹਾ ਟਾਈਮ ਬਿਮਾਰ ਰਹਿ ਗਿਆ ਘੋੜੇ ਦਾ ਕੱਦ 64 ਪਲੱਸ ਆ ਤੇ ਨੁਕਰਾ ਘੋੜਾ ਬਹੁਤ ਚੰਗਾ ਕੰਨਾਂ ਕੁੰਨਾਂ ਦਾ ਬਹੁਤ ਸੋਹਣਾ ਹੁਣੇ ਬਿਮਾਰ ਹੋ ਕੇ ਬਹਾਲ ਹੋਇਆ ਬਹਾਲ ਹੋ ਰਿਹਾ ਤੇ ਇਹਦੇ ਬੱਚੇ ਬਹੁਤ ਚੰਗੇ ਚੰਗੇ ਬੱਚੇ ਮਤਲਬ ਕਮਾਲ ਬੱਚੇ ਪੈਦਾ ਕੀਤੇ ਆ ਇਸ ਘੋੜੇ ਨੇ ਸੋਹਣੀ ਹਾਈਟ ਵਾਲੇ ਬੱਚੇ ਪੈਦਾ ਕਰ ਰਿਹਾ ਤੇ ਇਹ ਘੋੜਾ ਵੀ ਬਾਈ ਹੁਣਾ ਦੇ ਘਰੇ ਆ ਤੇ ਜੇ ਕਿਸੇ ਵੀ ਸੱਜਣ ਨੂੰ ਇਹ ਤੋਂ ਵੀ ਸਰਵਸ ਚਾਹੀਦੀ ਆ ਤਾਂ ਇਹਦੀ ਜਿਹੜੀ ਫੀਸ ਆ ਉਹਨਾਂ ਨੇ 11000 ਰੁਪਏ ਰੱਖੀ ਆ ਬਹੁਤ ਸੋਹਣੀ ਹਾਈਟ ਆ 65 ਦੇ मतलब लागे तगे हाइट होगी घोश हो सकता 65 ਤੋਂ ਉੱਚਾ ਹੋਵੇ ਦੂਸਰੇ ਘੋੜੇ ਤੋਂ ਭੋਰਾ ਇਹ ਘੋੜਾ ਉੱਚਾ ਹੈ ਠੀਕ ਹੈ ਜੀ ਤੇ ਇਹ ਘੋੜਾ ਵੀ ਸਰਵਸ ਲਈ ਵਰਤ ਸਕਦੇ ਆ ਤੇ ਨਾਲ ਦੀ ਨਾਲ ਨਾ ਉਹਨਾਂ ਦੇ ਘਰੇ ਮੈਂ ਹੁਣ મતલਬ ਕੁਝ ਜਿਹੜੇ ਜਾਨਵਰ ਤੁਹਾਨੂੰ ਦਿਖਾਉਂਗਾ ਇਹ ਤਾਂ ਉਹਨਾਂ ਦੇ ਘਰ ਦੇ ਜਾਨਵਰ ਆ ਬਸ਼ੇਰੇ ਆ ਜਿਹੜਾ ਆ ਬਸ਼ੇਰਾ ਇਹ ਤਾਂ ਉਸ ਪਹਿਲਾਂ ਵਾਲੇ ਘੋੜੇ ਮਹਾਰਾਜੇ ਘੋੜੇ ਦਾ ਬੱਚਾ ਹੈ ਤੇ ਵਰਨਾ ਇਹਨਾਂ ਦੇ ਘਰੇ ਇੱਕ ਦੋ ਜਾਨਵਰ ਆ ਜਿਹੜੇ ਉਹ ਸੇਲ ਵਾਸਤੇ ਵੀ ਹੈਗੇ ਆ ਬਾਈ ਹੁਣਾਂ ਨੂੰ ਜਦੋਂ ਤੁਸੀਂ ਫੋਨ ਕਰੋਗੇ ਨਾ ਤੇ ਤੁਹਾਨੂੰ ਸੇਲ ਲਈ ਵੀ ਜਾਨਵਰ ਆ ਜਿਹੜੇ ਜੇ ਤੁਹਾਨੂੰ ਚਾਹੀਦੇ ਆ ਤਾਂ ਇੱਕ ਦੋ ਜਾਨਵਰ ਸੇਲ ਲਈ ਵੀ ਮਿਲ ਜਾਣਗੇ ਆ ਬਸ਼ੀਰਾ ਇਹ ਦੇਣਗੇ ਕਿ ਨਹੀਂ ਦੇਣਗੇ ਇਸ ਗੱਲ ਦਾ ਮੈਨੂੰ ਹਜੇ ਪੱਕਾ ਕਲੀਅਰ ਗੱਲ ਨਹੀਂ ਹੋਈ ਬਾਈ ਹੁਣਾਂ ਦੇ ਨਾਲ ਪਰ ਇਹਨਾਂ ਦੇ ਘਰੇ ਇੱਕ ਦੋ ਜਾਨਵਰ ਆ ਜਿਹੜੇ ਉਹ ਕੈਮਰੇ ਤੇ ਨਹੀਂ ਦਿਖਾਏ ਗਏ ਤੇ ਉਹ ਸੇਲ ਲਈ ਵੀ ਹੈਗੇ ਆ ਆ ਬਸ਼ੇਰਾ ਜਿਹੜਾ ਤੁਹਾਨੂੰ ਪਹਿਲਾਂ ਘੋੜਾ ਦਿਖਾਇਆ ਸੀ ਉਹਦਾ ਬੱਚਾ ਹੈ। ਮਤਲਬ ਉਹਨੇ ਕਮਾਲ ਬੱਚੇ ਪੈਦਾ ਕੀਤੇ ਆ। ਜਿਹੜੇ ਵੀ ਪੈਦਾ ਕੀਤੇ ਆ ਜੇ ਕਈ ਵਾਰੀ ਉਹਨੇ ਮਾਊਗਾ ਵੀ ਪੈਦਾ ਕਰਤੇ ਕਈ ਵਾਰੀ ਕਾਲੇ ਵੀ ਕਰਤੇ ਚਿੱਟੇ ਵੀ ਕਰਤੇ ਜੋ ਕਰਦਾ ਕਮਾਲ ਕਰਦਾ। ਇੱਕ ਉਹਨਾਂ ਦੇ ਘਰੇ ਆਹ ਬਸ਼ੇਰਾ ਹੈ। ਇਹ ਬਸ਼ੇਰਾ ਰਣਗੇ ਵਾਲੇ ਦਲਵਾ ਘੋੜੇ ਦਾ ਬੱਚਾ ਹੈ। ਇਹਨੂੰ ਹਜੇ ਤਿਆਰ ਕਰ ਰਹੇ ਆ ਉਮਰ ਛੋਟੀ ਆ। ਇਹਨੂੰ ਬਾਈ ਹੁਣੇ ਕਹਿੰਦੇ ਵੀ ਤਿਆਰ ਕਰਨਾ। ਇਹ ਹੇਠਲੇ ਪਾਸੇੋਂ ਪਿੰਡੇ 'ਚੋਂ ਨੀਲਾ ਹੋ ਰਿਹਾ। ਉੱਪਰ ਇਹਦਾ ਰੰਗ ਲਾਲ ਆ ਜਦੋਂ ਆਪਣੇ ਘਰੇ ਪਹਿਲਾਂ ਜੁਗਨੀ ਆਈ ਆ ਉਦੋਂ ਇਹ ਇੰਨੀ ਲਾਲ ਸੀ ਤੇ ਅੱਜ ਕੱਲ ਜਦੋਂ ਤੁਸੀਂ ਦੇਖੋਗੇ ਤਾਂ ਬਿਲਕੁਲ ਜਿਹੇ ਜਿਹਾ ਮੈਂ ਪਹਿਲਾਂ ਘੋੜਾ ਦਿਖਾਇਆ ਉਨੀ ਨੀਲੀ ਹੋ ਚੁੱਕੀ ਆ ਤੇ ਮੈਨੂੰ ਲੱਗਦਾ ਹੈ ਕਿ ਆਹ ਬੱਚਾ ਹੈ ਜਿਹੜਾ ਇਹ ਵੀ ਸਾਰੇ ਦਾ ਸਾਰਾ ਨੀਲਾ ਹੋ ਜਾਊਗਾ ਸਮਾਂ ਆਉਣ ਤੇ ਬਾਕੀ ਵਾਹਿਗੁਰੂ ਜਾਣਦਾ ਹੈ ਤੇ ਤੁਹਾਨੂੰ ਬਾਈ ਦੇ ਜਾਨਵਰ ਕਿਹੋ ਜਿਹੇ ਲੱਗੇ ਤੁਹਾਨੂੰ ਰਾਜਸਥਾਨ ਦਾ ਉਹ ਘਰ ਤੇ ਉਹ ਬੰਦੇ ਤੇ ਉਹ ਹੱਥ ਦਿਖਾਇਆ ਜਿਨ੍ਹਾਂ ਦੇ ਘਰੋਂ ਦੋ ਵੱਡੀਆਂ ਲਾਈਨਾਂ ਪੈਦਾ ਹੋਈਆਂ ਇੱਕ ਸੂਰੇ ਵਾਲੇ ਵਾਲੀ ਲਾਈਨ ਤੇ ਇੱਕ ਗੁਲਚਾਰ ਲਾਈਨ ਸੂਰੇ ਵਾਲਾ ਘੜਾ ਇਹਨਾਂ ਦੇ ਘਰੇ ਹੀ ਘੋੜਾ ਪੈਦਾ ਹੋਇਆ ਤੇ ਇਹਨਾਂ ਦੇ ਘਰੇ ਹੀ ਉਸ ਘੋੜੇ ਨੇ ਅੰਤਮ ਸਾਹ ਲਏ ਆਖਰੀ ਸਾਹ ਲਏ ਉਹ ਬੰਦਿਆਂ ਦਾ ਤੁਹਾਨੂੰ ਨੰਬਰ ਦੇ ਰਿਆਂ ਉਹ ਬੰਦਿਆਂ ਨੂੰ ਤੁਹਾਨੂੰ ਮਿਲਵਾ ਰਿਆਂ ਜਿਹੜੇ ਬੰਦਿਆਂ ਨੇ ਆਪਾਂ ਇਹ ਕਹਿ ਸਕਦੇ ਹਾਂ ਕਿ ਇੰਡੀਆ ਦੇ ਵਿੱਚ ਇੱਕ ਸਪੌਟਲੈਸ ਤੇ ਬਿੱਲੀ ਨੁਕਰਾਂ ਦੇ ਵਿੱਚ ਬਿੱਲੀ ਲਾਈਨ ਪੈਦਾ ਕੀਤੀ ਜਾਉਂਦੇ ਬਸਦੇ ਰਹੋ ਬਹੁਤ ਬਹੁਤ ਧੰਨਵਾਦ ਕਰਾਉਣਿਆ ਗੱਲਬਾਤ